55 ਕੁਇੰਟਲ 60 ਕੁਇੰਟਲ ਤੋਂ ਉੱਪਰ ਕਣਕ ਵੇਚ ਤਾਂ ਕੋਈ ਮਜ਼ਦੂਰ ਲੈਣ ਨੂੰ ਤਿਆਰ ਨਹੀਂ ਕਿਉਂਕਿ 300 ਰੁਪਏ 800 ਤੋਂ ਵੱਧ ਚੱਲਦੀ ਹੈ। ਇਹਨਾਂ ਨੇ ਸਾਨੂੰ ਸਿਸਟਮ ਨੂੰ ਖਰਾਬ ਕਰ ਲਈ। ਆਪਦੇ ਤਾਂ ਐਸ ਪ੍ਰਾਪਤੀਆਂ ਕਿਸੇ ਨੇ ਘਟਾਈਆਂ ਨਹੀਂ। ਇੱਕ ਗੱਡੀ ਦਾ 600 ਲੀਟਰ ਪੈਟਰੋਲ ਮਿਲਦਾ ਇੱਕ ਲੀਟਰ ਨੂੰ, ਉਹ ਭਾਵ ਸਰਕਾਰੀ ਮੁਲਾਜ਼ਮ ਹੈ, ਤਹਿਸੀਲਦਾਰ ਹੈ। ਉਦੋਂ ਕਣਕ ਦਾ ਆਟਾ ਵੀ ਬਣਦਾ ਸੀ, ਅੱਜ ਵੀ ਪਿੰਡਾਂ 'ਚ ਜ਼ਿਆਦਾ ਲੋਕ ਕਣਕ ਕਿਸਾਨਾਂ ਤੋਂ ਖਰੀਦ ਕੇ ਖਾਂਦੇ। ਖੀਰੀ ਵਿੱਚ ਸ਼ਹੀਦ ਹੋਏ ਜਿਹੜੇ ਕਿਸਾਨ, ਜਿਨ੍ਹਾਂ ਦੇ ਉੱਤੇ ਧੱਕੇ ਨਾਲ ਗੱਡੀਆਂ ਚੜਾਈਆਂ ਗਈਆਂ ਨੇ ਬੀਜੇਪੀ ਸਰਕਾਰ ਦੇ ਜਿਹੜੇ ਬਣਾਏ ਹੋਏ ਮਿਨਿਸਟਰ, ਔਰ ਜਿਨ੍ਹਾਂ ਨੂੰ ਹਜੇ ਤੱਕ ਆ ਜਿਹੜਾ ਉਹਨਾਂ ਅਸਤੀਫਾ ਨਹੀਂ ਲਿਆ ਗਿਆ, ਉਹਨਾਂ ਨੂੰ ਹਜੇ ਵੀ ਆ ਜਿਹੜਾ ਬੰਦ ਨਹੀਂ ਕਰਿਆ ਗਿਆ ਜੇਲ੍ਹ ਦੇ ਵਿੱਚ, ਉਹਨਾਂ ਨੂੰ ਹਜੇ ਵੀ ਸਜ਼ਾ ਨਹੀਂ ਮਿਲ ਰਹੀ, ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਅੱਜ ਤੱਕ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਉਹਨਾਂ ਨੂੰ ਹੀ ਮੇਨ ਮਕਸਦ ਰੱਖਦੇ ਹੋਏ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਅੱਜ ਇਹ ਜਿਹੜਾ ਰੇਲਾ ਬੰਦ ਦਾ ਜਿਹੜਾ ਸੱਦਾ ਸੀਗਾ ਸੰਯੁਕਤ ਮੋਰਚੇ ਵੱਲੋਂ, ਉਸ ਨੂੰ ਉਸ ਦੇ ਪੱਖ ਵਿੱਚ ਖੜਦਿਆਂ ਹੀ ਅੱਜ ਅਸੀਂ ਇੱਥੇ ਨਾਭੇ ਦੇ ਵਿੱਚ ਪ੍ਰਦਰਸ਼ਨ ਕਰ ਰਹੇ ਹਾਂ। ਇਨਸਾਫ ਮਿਲੂਗਾ, ਔਰ ਜਦੋਂ ਤੱਕ ਇਨਸਾਫ ਨਹੀਂ ਮਿਲੂਗਾ ਸਾਡਾ ਇਹ ਮੁਜ਼ਾਹਰੇ, ਸਾਡੇ ਇਹ ਧਰਨੇ ਉਦੋਂ ਤੱਕ ਚੱਲਦੇ ਰਹੇ। ਬਹੁਤ ਕੋਸ਼ਿਸ਼ ਕੀਤੀ ਇਹਨਾਂ ਨੇ BSF ਲਗਾ ਕੇ, ਇਹਨਾਂ ਨੇ ਸਾਡੇ ਮੋਰਚੇ ਦੇ ਵਿੱਚ ਗਲਤ ਕੰਮ ਕਰਵਾ ਕੇ ਇਸ ਮੁੱਦੇ ਤੋਂ ਲੋਕਾਂ ਦਾ ਧਿਆਨ ਭਟਕਾਉਣ ਦੇ ਲਈ, ਹਟਾਉਣ ਦੇ ਲਈ, ਪਰ ਅਸੀਂ ਲਖੀਮਪੁਰ ਖੀਰੀ ਵਿੱਚ ਜੋ ਸਾਡੇ ਕਿਸਾਨਾਂ ਦੇ ਨਾਲ ਨੌਜਵਾਨਾਂ ਨੂੰ ਧੱਕੇ ਨਾਲ ਗੱਡੀਆਂ ਚੜਾ ਕੇ ਮਾਰਿਆ ਗਿਆ, ਅਸੀਂ ਉਸ ਨੂੰ ਕਹਿ ਰਹੇ ਹਾਂ ਕਿ ਉਹਨਾਂ ਦੋਸ਼ੀਆਂ ਨੂੰ ਜਲਦ ਤੋਂ ਜਲਦ ਸਜ਼ਾ ਹੋਵੇ ਅਤੇ ਉਸ ਤੋਂ ਅਸਤੀਫਾ, ਉਹ ਮਿਨਿਸਟਰ ਤੋਂ ਅਸਤੀਫਾ ਲਿਆ ਜਾਵੇ। ਦਿਨ ਬਾ ਦਿਨ ਪੈਟਰੋਲ ਡੀਜ਼ਲ ਤੇ ਸਿਲੰਡਰ ਦੇ ਰੇਟ ਵਧ ਰਹੇ ਨੇ, ਮਹਿੰਗਾਈ ਦੀ ਆਦਤ ਕੀ ਜਾ ਰਹੀ ਹੈ, ਕਿਵੇਂ ਦੇਖਦੇ? ਦਿਨ ਬਾ ਦਿਨ ਮਹਿੰਗਾਈ ਵਧਣ ਦਾ ਕਾਰਨ ਇਹੀ ਹੈ ਕਿ ਸਰਕਾਰ ਦੀਆਂ ਜੇਬਾਂ ਖਾਲੀ ਹੋਣ ਲੱਗ ਗਈਆਂ ਨੇ। ਸਰਕਾਰ ਆ ਜਿਹੜਾ ਅਰਬਾਂ ਦਾ ਖਰਚਾ ਇਲੈਕਸ਼ਨਾਂ ਦੇ ਉੱਤੇ ਕਰਨ ਲੱਗ ਗਈ ਹੈ। ਸਰਕਾਰ ਆ ਜਿਹੜਾ ਲੋਕਾਂ ਨੂੰ, ਗੋਦੀ ਮੀਡੀਆ ਨੂੰ ਪੈਸੇ ਦੇਣ ਲੱਗ ਗਈ, ਉਹਨਾਂ ਨੂੰ ਕਿੱਥੋਂ ਆਉਣਗੇ ਉਹਨਾਂ ਕੋਲ ਪੈਸੇ? ਜੇ ਸਾਡੀਆਂ ਜੇਬਾਂ ਦੇ ਵਿੱਚੋਂ ਮਹਿੰਗਾਈ ਵਧਾਊਗੀ, ਟੈਕਸ ਲਗਾਉਣਗੇ ਤਾਂ ਉਹਨਾਂ ਕੋਲ ਪੈਸੇ ਆਉਣਗੇ ਅਤੇ ਉਹ ਉਹਨਾਂ ਆਪਦੇ ਕੰਮ ਕਢਵਾਏਗੀ। ਇਸੇ ਲਈ ਮਹਿੰਗਾਈ ਹੈ ਜਿਹੜੀ, ਮੇਨ ਮਕਸਦ ਮਹਿੰਗਾਈ ਦਾ ਇਹੀ ਹੈ ਕਿ ਇਸੇ ਲਈ ਮਹਿੰਗਾਈ ਹੈ ਜਿਹੜੀ ਉਹ ਵੱਧਦੀ ਜਾ ਰਹੀ ਹੈ, ਕਿਉਂਕਿ ਸਰਕਾਰਾਂ ਦੀਆਂ ਜੇਬਾਂ ਖਾਲੀ ਹੋ ਗਈਆਂ, ਹੁਣ ਉਹਨਾਂ ਨੇ ਸਾਡੇ ਤੋਂ ਪੈਸੇ ਕਿਵੇਂ ਨਾ ਕਿਵੇਂ ਕਰਕੇ ਟੈਕਸਾਂ ਦੇ ਰੂਪ ਵਿੱਚ ਇਕੱਠੇ ਕਰਨੇ। ਵੀਰਪੁਰ ਦੇ ਸ਼ਹੀਦਾਂ ਨੂੰ ਇਨਸਾਫ ਦਿਵਾਉਣ ਦੇ ਲਈ ਸੰਯੁਕਤ ਮੋਰਚੇ ਵੱਲੋਂ ਜਿਹੜਾ ਅੱਜ ਟ੍ਰੇਨਾਂ ਦੀ ਚੱਕਾ ਜਾਮ ਦੀ ਕਾਲ ਦਿੱਤੀ ਗਈ ਸੀ, ਅਸੀਂ ਅੱਜ ਨਾਭੇ ਦੇ ਵਿੱਚ ਰੇਲਵੇ ਸਟੇਸ਼ਨ ਦੇ ਉੱਪਰ ਟ੍ਰੇਨਾਂ ਦਾ ਧਰਨਾ ਦਿੱਤਾ ਜਾ ਰਿਹਾ, ਜਿਹੜਾ ਉਸ ਗੁੰਗੀ ਬੋਲੀ ਸਰਕਾਰ ਨੂੰ ਜਗਾਉਣ ਦੇ ਲਈ ਕਿ ਜਿਹੜੇ ਸਾਡੇ ਕਿਸਾਨੀ ਸੰਘਰਸ਼ ਨੂੰ ਧੱਕੇ ਦੇ ਨਾਲ, ਡਾਂਗਾਂ ਦੇ ਨਾਲ ਕੁਚਲ ਕੇ ਖੇਡਣਾ ਚਾਹੁੰਦੀ ਹੈ, ਉਹਦੇ ਖਿਲਾਫ ਅਸੀਂ ਅੱਜ ਧਰਨਾ ਜਿਹੜਾ ਦਿੱਤਾ ਜਾ ਰਿਹਾ। ਦੇਖੋ, ਜਿੰਨਾ ਦੇਰ ਤੱਕ ਇਨਸਾਫ ਨਹੀਂ ਮਿਲੇਗਾ ਕਿਸਾਨ ਜਥੇਬੰਦੀਆਂ ਜਿਹੜਾ ਸੰਘਰਸ਼ ਆ ਉਹ ਜਾਰੀ ਰੱਖਣਗੀਆਂ, ਔਰ ਜਿੰਨਾ ਚਿਰ ਕਾਨੂੰਨਾਂ ਦੇ ਕਾਨੂੰਨ ਨੇ ਜਿਹੜੇ ਉਹ ਵਾਪਸ ਨਹੀਂ ਲੈਂਦੀ, ਔਰ ਜਿਹੜੇ ਗ੍ਰਹਿ ਮੰਤਰੀ ਹੈ, ਰਾਜ ਗ੍ਰਹਿ ਮੰਤਰੀ ਨੂੰ ਬਰਖਾਸਤ ਕਰਕੇ ਉਹਦੇ 'ਤੇ ਪਰਚਾ ਦਰਜ ਨਹੀਂ ਹੁੰਦਾ, ਔਰ ਸੰਯੁਕਤ ਮੋਰਚੇ ਦੇ ਸੱਦੇ 'ਤੇ ਜੋ ਵੀ ਕਾਲ ਆਏਗੀ ਸੰਘਰਸ਼ ਜਿਹੜਾ ਜਾਰੀ ਰੱਖਿਆ ਜਾਵੇਗਾ। ਬਹੁਤ ਲੰਬਾ ਸਮਾਂ ਹੋ ਗਿਆ ਕਿਸਾਨ ਦਿੱਲੀ ਵਿੱਚ ਬੈਠੇ ਨੇ, ਅਤੇ ਪਰ ਜੋ ਮੋਦੀ ਸਰਕਾਰ ਹੈ ਕਾਲੇ ਕਾਨੂੰਨ ਰੱਦ ਨਹੀਂ ਕਰਨਾ ਚਾਹੁੰਦੇ, ਤੁਸੀਂ ਕਿਵੇਂ ਦੇਖਦੇ ਹੋ? ਦੇਖੋ, ਸਾਨੂੰ ਇਹ ਲੱਗਦਾ ਕਿ ਸਾਡਾ ਇਕੱਲੀ ਪੋਲੀਟੀਕਲ ਪਾਰਟੀ ਜਾਂ ਮੋਦੀ ਦੇ ਨਾਲ ਜਿਹੜਾ ਰੌਲਾ ਨਹੀਂ ਰਹਿ ਗਿਆ, ਇਹ ਕਾਰਪੋਰੇਟ ਘਰਾਣਿਆਂ ਦਾ ਰੌਲਾ ਹੈ, ਕਿਉਂਕਿ ਸਾਡੀ ਖੇਤੀ ਕਿਸਾਨਾਂ ਤੋਂ ਖੋਹ ਕੇ ਜਿਹੜੀ ਮੋਦੀ ਸਰਕਾਰ ਉਹ ਕਾਰਪੋਰੇਟ ਨੂੰ ਦੇਣਾ ਚਾਹੁੰਦੀ ਹੈ, ਇਸ ਲਈ ਇਹ ਵੱਡਾ ਗੰਭੀਰ ਮਸਲਾ ਬਣ ਗਿਆ ਹੈ। ਕਿਉਂਕਿ ਜੇ ਤਾਂ ਕਿਸੇ ਪੋਲੀਟੀਕਲ ਪਾਰਟੀ ਦੇ ਥਰੂ ਦਾ ਮਸਲਾ ਹੁੰਦਾ ਤਾਂ ਉਹਨੇ ਵੋਟਾਂ ਲੈਣੀਆਂ ਹੁੰਦੀਆਂ ਨੇ, ਲੋਕਤੰਤਰ ਲੋਕਾਂ ਦਾ ਰਾਜ ਹੁੰਦਾ, ਉਹਨੂੰ ਸੁਣਨੀ ਪੈਂਦੀ ਹੈ ਲੋਕਾਂ ਦੀ। ਪਰ ਤੁਹਾਡੇ ਸਾਹਮਣੇ ਹੈ ਕਿ 10 ਮਹੀਨੇ ਹੋ ਗਏ ਦਿੱਲੀ ਦੀਆਂ ਬਰੂਹਾਂ 'ਤੇ ਸੰਘਰਸ਼ ਚੱਲਦੇ ਨੂੰ, ਔਰ ਘੱਟੋ ਘੱਟ ਸਾਲ ਹੀ ਹੋ ਗਿਆ ਜਿਹੜਾ ਪੰਜਾਬ ਦੇ ਅੰਦਰ ਜਿੱਥੇ ਧਰਨੇ ਚੱਲ ਰਹੇ ਨੇ ਲਗਾਤਾਰ। ਇਹਦਾ ਮਤਲਬ ਇਹ ਹੈ ਕਿ ਅਜੇ ਤੱਕ ਵੀ ਮੋਦੀ ਸਰਕਾਰ ਇੱਕ ਸ਼ਬਦ ਪਿੱਛੇ ਹਟਣਾ ਨਹੀਂ ਚਾਹੁੰਦੀ। ਉਹਦਾ ਕਾਰਨ ਹੀ ਇਹ ਹੈ ਕਿ ਜਿਹੜੀਆਂ ਸਰਕਾਰਾਂ ਬਣਾਉਣ ਵਾਲੇ ਕਾਰਪੋਰੇਟ ਲੋਕ ਨੇ ਉਹੀ ਕਾਨੂੰਨ ਬਣਾਉਂਦੇ ਨੇ, ਔਰ ਉਹ ਜੋ ਕਹਿੰਦੇ ਨੇ ਉਹੀ ਇਹ ਸਰਕਾਰਾਂ ਕਰਦੀਆਂ ਨੇ, ਇਸ ਲਈ ਇਹ ਸੰਘਰਸ਼ ਆ ਜਿਹੜਾ ਹੋਰ ਲੰਬਾ ਹੁੰਦਾ ਜਾ ਰਿਹਾ। ਦੇਖੋ, ਅੱਜ ਦਾ ਜਿਹੜਾ ਧਰਨਾ ਹੈ ਰੇਲਵੇ ਟਰੈਕਾਂ ਦੇ ਉੱਤੇ ਜਿਹੜੇ ਧਰਨੇ ਦਿੱਤੇ ਜਾ ਰਹੇ ਨੇ, ਸੰਯੁਕਤ ਕਿਸਾਨ ਮੋਰਚੇ ਦੀ ਕਾਲ ਹੈ ਜੋ ਭਾਜਪਾ ਵੱਲੋਂ ਗੁੰਡਾਗਰਦੀ ਕੀਤੀ ਗਈ ਹੈ। ਪਿਛਲੇ ਦਿਨੀ ਲਖੀਮਪੁਰ ਖੀਰੀ ਦੇ ਵਿੱਚ 4 ਕਿਸਾਨਾਂ ਨੂੰ ਦਰੜ ਕੇ ਉੱਥੋਂ ਦੇ ਗ੍ਰਹਿ ਰਾਜ ਮੰਤਰੀ ਦੇ ਕੇਂਦਰ ਦੇ ਗ੍ਰਹਿ ਰਾਜ ਮੰਤਰੀ ਦੇ ਬੇਟੇ ਵੱਲੋਂ ਅਤੇ ਉਹਦੇ ਗੁੰਡਿਆਂ ਵੱਲੋਂ ਉਹਦੇ ਰੋਸ ਵਜੋਂ ਇਨਸਾਫ ਲੈਣ ਦੇ ਲਈ ਅੱਜ ਦਾ ਜਿਹੜਾ ਅਸੀਂ ਰੇਲਵੇ ਟਰੈਕ ਨੇ ਰੋਕੇ ਜਾ ਰਹੇ ਨੇ।
क्योंकि देखो तुसी पंजाब दे विच भी धरने चले 2 महीने फिर उस तो बाद 11 महीने तो हुण दिल्ली के बार्डर के उत्ते जिहड़ा अंदोलन है किसानों का वो चल रहा है। पर यह भी सरकार है उन्हूं भावें सारा कुछ दस दिता है जदों जिन्नियां भी मीटिंगां होईयां उहदे विच उन्हां नूं कह दिता है समझा दिता है पॉइंट टू पॉइंट बई जिहड़ा यह खेती है खेती साडा स्टेट का विषय इहदे विच दाखल ना दिता जाए तो मार्केटिंग है इहदी उह भी स्टेट का विषय इहदे विच दाखल फ्री दे रोस वजों रेल दे चक्का जाम किया ये चक्का जाम इस करके किया भी अजे तक उन्होंने कोई ठोस कदम नहीं लिया ना उन्हों तो कोई पूरी पुछगिछ की गई है मिसरे अजे तक उहदे तो बर्खास्त नहीं किया गया जिस करके साडे च रोस है असी उदों तक ये धरने जारी रखांगे ये ट्रैक रोकांगे जां होर प्रोग्राम कर देवांगे जदों तक मिसरे नूं जेल च नहीं पहुंचाया जांदा। साडे किसान शायद अदाड़ी वाला रवीर है मोदी नहीं वापस लेंदा मोदी तो मोदी नाल तो लड़ाई ही नहीं रही ये लड़ाई तो हुण बल्ड दी है विजन की लड़ाई है मोदी ने मोदी तो विजन ने धक्के नाल कानून पास करवा ले और धक्के नाल कानून पास करता दिते हुण मोदी वापस नहीं लै सकता ये 20 कारपोरेट घराने 20 कंपनियां ने जिहड़ियां एक इहनां दी कमेटी बनी हुई है वह कमेटी ने इन्हां नूं प्रोग्राम दिता है भी इस तरह नाल कानून बना के दिओ असीं खेती नूं लुटीए वो कंपनियां का असी बाईकाट करांगे वो कंपनियां दे विचों स्टेट बैंक ऑफ इंडिया दी मुद्रा भारत मुद्रा कोष ते अपना महिंद्रा एंड महिंद्रा कंपनी सरजेंटो कंपनी मनसेंटो कंपनी ये 20 कंपनियां ने जिहड़ियां इन्हां दी एक कमेटी बनी हुई है ये कमेटी है जिहड़ी इन्हां नूं फंड दिंदी है ये फंड लैके लोकां तों मतलब नशे वंड के पैसे वंड के अपनी सरकार बनाउंदे ने ये बाद कानून बनाउंदे ने ये कानून इसे करके बने ने नहीं तो यह कानून जे सरकार बनाउंदी तां वापस लै लैंदी सरकार तो कानून बनाए ने उन्होंने डंडा दे के विजन ने 20 कंपनियां ने इन्हां नूं पैसे दित्ते ने उन्होंने अपने मर्जी नाल कानून बना ले हुण मोदी वापस नहीं लै सकदा ये हुण कानून तो वापस डंडे नाल ही होणगे।